ਕਹਾਣੀ ਇੱਕ ਨੋਵਲ ਦੀ ਅਮਰਤਾ ਪ੍ਰੀਤਮ ਦਾ ਨੋਵਲ ਕਮੀ ਦੂਸਰਾ ਭਾਗ ਪਹਿਲਾ ਅੰਕ ਕੰਧ ਆਪਣੀ ਥਾਂ ਤੋਂ ਹਿੱਲਣ ਲੱਗ ਪਈ ਇਸ ਤਰ੍ਹਾਂ ਜਿਵੇਂ ਉਹ ਇੱਟਾਂ ਮਿੱਟੀ ਚੂਨੇ ਦੀ ਗੰਧ ਨਾ ਹੋਵੇ ਇੱਕ ਗੱਤੇ ਦੀ ਗੰਧ ਹੋਵੇ ਉਹਨੂੰ ਕੋਈ ਬਾਹਰੋਂ ਹੀ ਤੱਕਦਾ ਪਿਆ ਸੀ ਔਰਾਂ ਔਰਾਂ ਸਰਕਦੀ ਆਉਂਦੀ ਸੀ ਫਿਰ ਜਿਵੇਂ ਕੋਈ ਬਾਹਰੋਂ ਦੀ ਗੰਧ ਨੂੰ ਖੁਰਚਣ ਲੱਗ ਪਿਆ ਬੜੀ ਨਿੰਮੀ ਆਵਾਜ਼ ਸੀ ਪਤਾ ਨਹੀਂ ਕਿਸੇ ਸੰਦ ਚਾਕੂ ਦੀ ਸੀ ਜਾਂ ਨੋਹਾਂ ਦੀ ਸੀ ਤੇ ਕੰਦ ਵਿੱਚੋਂ ਇੱਕ ਖਰੀਪੜ ਲੈ ਕੇ ਪਰਾਂ ਜਾ ਪਿਆ ਬਾਹਰ ਬੜਾ ਹਨੇਰਾ ਸੀ ਪਰ ਕੰਮੀ ਨੂੰ ਇੱਕ ਹੱਥ ਦਾ ਝੌਲਾ ਪਿਆ ਇੱਕ ਚੀਕ ਕੰਮੀ ਦੇ ਸੰਗ ਚੜ ਗਈ ਕੰਮੀ ਨੇ ਹੱਥ ਨਾਲ ਆਪਣੇ ਸੰਗ ਨੂੰ ਢੋਇਆ ਉਹਦਾ ਸਾਹ ਉਹਨੂੰ ਅੜ ਕੇ ਆਉਂਦਾ ਪਿਆ ਸੀ ਦੂਰ ਹਨੇਰੇ ਚੋਂ ਨੇ ਨੀਂ ਜਲਾਈ ਪਰ ਰਾਤ ਮਿੱਟੀ ਹੋਈ ਮੁੱਠ ਵਾਂਗੂ ਬੰਦ ਸੀ ਉਨੇ ਦਿਵਾਲੇ ਹੱਥ ਫਸਾਰਿਆ ਉਹਦੀ ਰਜਾਈ ਆਪਣੀ ਥਾਂ ਤੇ ਡੋਲ ਸੀ ਉਹਦਾ ਹੱਥ ਸਰਹੰਦੀ ਪਏ ਹੋਏ ਮੇਜ਼ ਨੂੰ ਲੱਗਾ ਤੇ ਫਿਰ ਉਹਨੇ ਮੇਜ਼ ਉੱਤੇ ਪਏ ਹੋਏ ਪਾਣੀ ਦੇ ਗਲਾਸ ਨੂੰ ਢੋਆ ਉਹਦੇ ਸਾਰੇ ਪਿੰਡੇ ਨੂੰ ਮੁੜਕਾ ਆਇਆ ਹੋਇਆ ਸੀ ਪਾਣੀ ਦਾ ਗਲਾਸ ਜਿਵੇਂ ਮੱਲੂ ਮੱਲੀ ਉਹਦੇ ਮੂੰਹ ਨੂੰ ਲੱਗ ਪਿਆ ਉਹਦੇ ਸਾਰੇ ਪਿੰਡ ਨੂੰ ਇੱਕ ਠੰਡਾ ਤਰੌਕਾ ਮਿਲਿਆ ਆਪਣੇ ਹੱਥ ਨਾਲ ਉਹਨੇ ਫਿਰ ਆਪਣੇ ਸੰਗ ਨੂੰ ਢੋਆ ਹੁਣ ਉਹਦਾ ਸਾਹ ਸੌਖਾ ਸੀ ਕਿ ਟਾ ਭਿਆਨਕ ਸੁਪਨਾ ਸੀ ਕਮੀਨੇ ਸੋਚਿਆ ਮੇਰੇ ਕਮਰੇ ਦੀ ਕੰਧ ਨੂੰ ਕੋਈ ਹੱਥ ਨਾਲ ਹਿਲਾਉਂਦਾ ਪਿਆ ਸੀ ਤੇ ਕਮੀ ਮਨੋਵਿਗਿਆਨਿਕ ਦੀ ਇਸ ਕਿਤਾਬ ਬਾਰੇ ਸੋਚਣ ਲੱਗ ਪਈ ਜਿਦੇ ਵਿੱਚ ਉਹ ਪਿਛਲੇ ਦਿਨਾਂ ਦੀ ਅਜੀਬ-ਅਜੀਬ ਤੇ ਬੇਸਿਰ ਪੈਰ ਸੁਪਨਿਆਂ ਦੇ ਵੇਰਵੇ ਪੜ੍ਹਦੀ ਰਹੀ ਸੀ ਹੁਣੇ-ਹੁਣੇ ਆਪਣੇ ਪਿੰਡੇ ਉੱਤੇ ਆਇਆ ਹੋਇਆ ਮੁਰਕਾ ਨੂੰ ਠੰਡਾ ਲੱਗਣ ਲੱਗ ਪਿਆ ਗਲਾਸ ਦੇ ਠੰਡੇ ਪਾਣੀ ਨੇ ਉਹਦੀ ਪਿੱਠ ਵਿੱਚ ਇੱਕ ਝੁੰਚਣੀ ਛੇੜੀ ਉਹਨੇ ਰਜੈਨ ਨੂੰ ਹੋਰ ਆਪਣੇ ਮੋਢਿਆਂ ਉੱਤੇ ਖਿੱਚਿਆ ਤੇ ਅੱਖੀਆਂ ਮੀਟ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗ ਪਈ ਥੱਪ ਥੱਪ ਸਾਫ ਜਿਵੇਂ ਕੋਈ ਉਹਦਾ ਬੂਹਾ ਖੜਕਾਉਂਦਾ ਹੋਵੇ ਕਮੀ ਤਰਹਿ ਕੇ ਜਾਗ ਪਈ ਕਿਸੇ ਪਾਸੇ ਕੋਈ ਆਵਾਜ਼ ਨਹੀਂ ਸੀ ਕਮੀ ਨੇ ਆਪਣੇ ਕੰਨਾਂ ਨੂੰ ਟੋਇਆ ਜਿਵੇਂ ਆਪਣੇ ਕੰਨਾਂ ਦਾ ਕਸੂਰ ਲੱਭੀ ਹੋਵੇ ਉਹਨੇ ਫੇਰ ਸਾਰਾ ਧਿਆਨ ਇਕੱਠਾ ਕੀਤਾ ਨਿੱਕੇ ਤੋਂ ਨਿੱਕਾ ਖੜਾਕ ਵੀ ਕਿਤੇ ਨਹੀਂ ਸੀ ਉਹਨੇ ਆਪਣੇ ਸਰਾਣੇ ਨੂੰ ਹਲਾਇਆ ਚਾਦਰ ਉਤੇ ਮੜੀ ਜੀ ਸਰਕ ਵੀ ਉਹਨੂੰ ਸੁਣਾਈ ਦਿੰਦੀ ਸੀ ਉਹਨੇ ਸੋਚਿਆ ਉਹਦੇ ਕੰਨ ਠੀਕ ਸਨ ਫਿਰ ਇਹ ਆਵਾਜ਼ ਕਿੱਥੋਂ ਆਈ ਸੀ ਅੱਜ ਉਹਨੂੰ ਕਿਹੋ ਜਿਹੇ ਸੁਪਨੇ ਆਉਂਦੇ ਪਰ ਸਨ ਉਹਨੇ ਆਪਣੇ ਦੋਵੇਂ ਕੰਨ ਹਨੇਰੇ ਦੀ ਛਾਤੀ ਨਾਲ ਲਾ ਦਿੱਤੇ ਪਰ ਸਾਰਾ ਹਨੇਰਾ ਇੱਕ ਭੇਤ ਵਾਂਗ ਚੁੱਪ ਸੀ ਐਤਕੀ ਉਹਨੂੰ ਜਾਪਿਆ ਉਹ ਸੁੱਤੀ ਨਹੀਂ ਸੀ ਉਹਨੂੰ ਪੱਕਾ ਪਤਾ ਸੀ ਉਹ ਜਾਗਦੀ ਪਈ ਸੀ ਪਰ ਉਹਨੇ ਇੱਕ ਆਵਾਜ਼ ਸੁਣੀ ਸੀ ਸੱਚਮੁੱਚ ਇੱਕ ਆਵਾਜ਼ ਸੁਣੀ ਸੀ ਕੋਈ ਕਿਧਰੇ ਕੰਧ ਨੂੰ ਖੁਰੋਚਦਾ ਪਿਆ ਸੀ ਕੋਈ ਕਿਧਰੇ ਬੂਏ ਨੂੰ ਹਿਲਾਉਂਦਾ ਪਿਆ ਸੀ ਕੰਮੀ ਨੇ ਘਬਰਾ ਕੇ ਕਮਰੇ ਦੀ ਬੱਤੀ ਜਗਾਈ ਕੰਦਾਂ ਬੂਏ ਬਾਰੀਆਂ ਸਭ ਕੁਝ ਆਪੋ ਆਪਣੀ ਥਾਂ ਤੇ ਸੀ ਤੇ ਕਿਦਰੇ ਕੋਈ ਆਵਾਜ਼ ਨਹੀਂ ਸੀ ਕੰਮੀ ਨੇ ਆਪਣੇ ਮੱਥੇ ਨੂੰ ਟੋਇਆ ਉਹਦੇ ਮੱਥੇ ਉੱਤੇ ਮੁੜਕਾ ਆਇਆ ਹੋਇਆ ਸੀ ਫਿਰ ਉਹਦਾ ਧਿਆਨ ਆਪਣੇ ਪੈਰਾਂ ਵੱਲ ਗਿਆ ਠੰਡੇ ਫਰਸ਼ ਉੱਤੇ ਉਹਦੇ ਨੰਗੇ ਪੈਰ ਠੁਰਕਦੇ ਪਏ ਸਨ ਅਜੀਬ ਹਾਲਤ ਏ ਕੰਮੀ ਨੇ ਆਪਣੇ ਆਪ ਨੂੰ ਆਖਿਆ ਪਿੰਡੇ ਦੇ ਇੱਕ ਹਿੱਸੇ ਉੱਤੇ ਮੁੜਕਾ ਇੱਕ ਹਿੱਸੇ 'ਚ ਠੰਡ ਦੀ ਕੰਬਣੀ ਉਹਨੂੰ ਆਪਣੇ ਇਕੱਲੇ ਕਮਰੇ 'ਚ ਡਰ ਲੱਗਣ ਲੱਗ ਪਿਆ। ਉਹਦਾ ਜੀ ਕੀਤਾ ਉਹ ਨਾਲ ਦੀ ਬੈਠਕ ਲੰਘ ਕੇ ਉਤੋਂ ਪਰਲੇ ਕਮਰੇ 'ਚ ਆਪਣੀ ਮਾਂ ਕੋਲ ਚਲੀ ਜਾਵੇ। ਮੈਂ ਛੋਟੀਆਂ ਆਜੀ 16 ਵਰਿਆਂ ਦੀ ਹੋਣ ਲੱਗੀ ਆ। ਹੁਣ ਮੈਂ ਸਕੂਲ ਦੀ ਨਿੱਕੀ ਜਿਹੀ ਕੁੜੀ ਤੇ ਨਹੀਂ ਕਾਲਜ 'ਚ ਪੜ੍ਹਨੀ ਆ। ਅੱਧੀ ਰਾਤੀ ਉੱਠ ਕੇ ਮਾਂ ਦੀ ਮੰਜੀ ਉੱਤੇ ਜਾਂਦੀ ਚੰਗੀ ਲੱਗਨੀ ਆ ਤੇ ਬੂਹੇ ਵੱਲ ਜਾਂਦੀ ਕੰਮੀ ਆਪਣੀ ਮੰਜੀ ਕੋਲ ਮੋੜਾਈ। ਠੰਡੇ ਫਰਸ਼ ਉੱਤੇ ਉਹਨਾਂ ਆਵਾਜ਼ ਅੱਗੇ ਤੋਂ ਨੇੜੇ ਸੀ ਬੜੀ ਨੇੜੇ ਸੀ ਇਹ ਆਵਾਜ਼ ਕਿੱਥੋਂ ਆਉਂਦੀ ਏ ਕਮੀ ਨੇ ਘਬਰਾ ਕੇ ਆਖਿਆ ਕਮੀ ਅਜੇ ਰਜਾਈ 'ਚ ਬੈਠੀ ਹੋਈ ਸੀ ਕਮਰੇ ਦੀ ਬੱਤੀ ਵੀ ਅਜੇ ਜਗਦੀ ਪਈ ਸੀ ਨੀਂਦਰ ਦਾ ਜਾ ਉਂਗਲਾਟ ਦਾ ਕੋਈ ਭੁਲੇਖਾ ਨਹੀਂ ਸੀ ਕਮੀ ਕੰਬ ਗਈ ਉਹੀ ਆਵਾਜ਼ ਮੁੜ ਕੇ ਉਹੀ ਆਵਾਜ਼ ਕਿਤੇ ਕੋਈ ਕੰਧ ਨੂੰ ਖੁਰੋਚਦਾ ਪਿਆ ਸੀ ਕਿਤੇ ਕੋਈ ਬੂਹੇ ਨੂੰ ਹਿਲਾਉਂਦਾ ਪਿਆ ਸੀ ਕਮੀ ਨੇ ਛੇਤੀ ਨਾਲ ਸਲੀਪਰ ਪਾਏ ਆਪਣੇ ਕਮਰੇ 'ਚੋਂ ਨਿਕਲੀ ਬੈਠਕ ਚਾਈ ਬੈਠਕ ਦੀ ਬੱਤੀ ਜਗਾਈ ਤੇ ਫਿਰ ਉਸ ਤੋਂ ਅਗਲੇ ਕਮਰੇ ਚ ਗਈ ਤੇ ਜਿੱਥੇ ਉਹਦਾ ਪਿਓ ਤੇ ਉਹਦੀ ਮਾਂ ਸੌਂਦੇ ਸਨ ਕੰਮੀ ਹਾਂ ਪਿਤਾ ਜੀ ਕੀ ਗੱਲ ਹੈ ਕੰਮੀ ਦੇ ਹੋਠਾਂ ਉੱਤੇ ਆਇਆ ਮੈਨੂੰ ਡਰ ਲੱਗਦਾ ਪਰ ਉਹਦੇ ਹੋਠ ਮੀਟੇ ਗਏ ਆਵਾਜ਼ ਨਾ ਨਿਕਲੀ ਜਿਵੇਂ ਸੌਂ ਜਾ ਕੇ ਕੰਮੀ ਫਿਰ ਵੀ ਉੱਥੇ ਦੀ ਉੱਥੇ ਖਲੋਤੀ ਰਹੀ ਨਾ ਜਾ ਸਕੀ ਨਾ ਬੋਲ ਸਕੀ ਇੱਕ ਵਾਰੀ ਜੋ ਆਖਿਆ ਜਾ ਕੇ ਸੌਂ ਜਾ ਕੰਮੀ ਆਪਣੇ ਪਿਓ ਦੀ ਆਵਾਜ਼ ਉੱਤੇ ਹੈਰਾਨ ਹੋ ਗਈ ਜਦ ਦੀ ਰਾਤੀ ਮੈਨੂੰ ਡਰ ਲੱਗਾ ਤੇ ਇਹਦੇ 'ਚ ਮੇਰਾ ਕੀ ਕਸੂਰ ਏ ਇਹ ਕਿਹੜੀ ਗੱਲ ਏ ਕਿ ਗੁੱਸੇ ਹੋਣ ਵਾਲੀ ਕੰਮੀ ਨੇ ਆਪਣੇ ਮਨ 'ਚ ਸੋਚਿਆ ਤੇ ਬੜੀ ਹਿੰਮਤ ਨਾਲ ਥੋੜੀ ਜੀ ਆਵਾਜ਼ ਮੂੰਹੋਂ ਕੱਢੀ ਮੈਨੂੰ ਸਿਰ 'ਚ ਪੀੜ ਕੰਮੀ ਦੇ ਮੂੰਹ ਦੀ ਗੱਲ ਏ ਜੇ ਮੂੰਹ 'ਚ ਹੀ ਸੀ ਫਿਰ ਆਵਾਜ਼ ਆਈ ਜਿਵੇਂ ਕੋਈ ਕੰਧ ਨੂੰ ਖੁਰਚਦਾ ਹੋਵੇ ਜਿਵੇਂ ਕੋਈ ਬੂਏ ਨੂੰ ਹਿਲਾਉਂਦਾ ਹੋਵੇ ਐਤ ਕੀ ਅੱਗੇ ਤੋਂ ਨੇੜੇ ਸੀ ਬੜੀ ਨੇੜੇ ਇਹ ਆਵਾਜ਼ ਕਿੱਥੋਂ ਆਉਂਦੀ ਏ ਕੰਮੀ ਨੇ ਘਬਰਾ ਕੇ ਆਖਿਆ ਕਿਥੋਂ ਨਹੀਂ ਆਉਂਦੀ ਤੂੰ ਚਲੀ ਜਾ ਆਪਣੇ ਕਮਰੇ 'ਚ ਐਤ ਕੀ ਪਿਓ ਦੀ ਆਵਾਜ਼ ਗੁੱਸੇ ਨਾਲ ਖਿੱਚੀ ਹੋਈ ਸੀ ਕੰਮੀ ਨੂੰ ਆਪਣੇ ਪਿਓ ਦਾ ਗੁੱਸਾ ਆਪਣੇ ਮੂੰਹ ਤੇ ਚਪੇੜ ਵਾਂਗ ਚਾਪਿਆ ਤੇ ਤਿਲ ਮਿਲਾ ਉੱਠੀ ਮਾਰ ਲਓ ਹੋਰ ਮਾਰ ਲਓ ਉਹਦੇ ਮਨ ਨੇ ਜਿਵੇਂ ਇੱਕ ਜ਼ਿੱਦੀ ਬੱਚੇ ਵਾਂਗ ਆਖਿਆ ਤੇ ਉੱਥੇ ਖਲੋਤੀ ਰਹੀ ਤੂੰ ਜਾਂਦੀ ਹੈਂ ਕਿ ਨਹੀਂ ਉਹਦੇ ਪਿਓ ਦੀ ਆਵਾਜ਼ ਗੁੱਸੇ ਨਾਲ ਤਣੀ ਹੋਈ ਸੀ ਇਸ ਕਮਰੇ ਦੀ ਬੱਤੀ ਅਜੇ ਤੱਕ ਬੁਜੀ ਹੋਈ ਸੀ ਮਾਂ ਕੰਮੀ ਦੇ ਮੂੰਹੋਂ ਨਿਕਲਿਆ ਤੇ ਉਹਨੇ ਅੰਦਾਜ਼ੇ ਨਾਲ ਆਪਣੀ ਮਾਂ ਦੀ ਮੰਜੀ ਟੋਈ ਮੰਜੀ ਉੱਤੇ ਰਜਾਈ ਪਈ ਹੋਈ ਸੀ ਸਰਾਣਾ ਪਿਆ ਹੋਇਆ ਸੀ ਤੇ ਮੰਜੀ ਖਾਲੀ ਸੀ ਮਾਂ ਕੰਮੀ ਜਿਵੇਂ ਚੀਕ ਪਈ ਇਸ ਚੀਕ ਚ ਪਤਾ ਨਹੀਂ ਕਿਹੋ ਜੀ ਹਿੰਮਤ ਸੀ ਕੰਮੀ ਦੇ ਸਾਰੇ ਪਿੰਡੇ ਚ ਇੱਕ ਅੱਗ ਬਲਣ ਲੱਗ ਪਈ ਉਹਨੇ ਦੌੜ ਕੇ ਕਮਰੇ ਦੀ ਬੱਤੀ ਜਗਾਈ ਆਪਣੇ ਪਿਓ ਦੇ ਮੂੰਹ ਹਲ ਵੇਖਿਆ ਕੰਮੀ ਦੀਆਂ ਅੱਖਾਂ ਬਲਦੀਆਂ ਪਈਆਂ ਸਨ ਮਾਂ ਕਿੱਥੇ ਵੇ ਕੰਮੀ ਦੀ ਆਵਾਜ਼ ਖੋਲਦੀ ਪਈ ਸੀ ਤੇਰੀਕ ਆਵਾਜ਼ ਉਹੀ ਆਵਾਜ਼ ਜਿਵੇਂ ਕੋਈ ਬਾਹਰਲੀ ਕੰੰਧ ਨੂੰ ਖੁਰਚਦਾ ਹੋਵੇ ਜਿਵੇਂ ਕੋਈ ਬਾਹਰਲੇ ਬੂਏ ਨੂੰ ਹਿਲਾਉਂਦਾ ਹੋਵੇ ਕੰਮੀ ਬਾਹਰ ਵੱਲ ਦੌੜੀ ਇੱਕ ਚਪਟੇ 'ਚ ਪਿਓ ਨੇ ਕੰਮੀ ਦੀ ਬਾਹ ਫੜ ਲਈ ਇੱਕ ਝਟਕੇ ਨਾਲ ਕੰਮੀ ਨੇ ਬਾਹ ਛੁਡਾਈ ਤੇ ਬਾਹਰ ਬੂਏ ਦੀ ਕੁੰਡੀ ਖੋਲ ਦਿੱਤੀ ਬੂਏ ਤੋਂ ਬਾਹਰ ਉਹਦੀ ਮਾਂ ਇੱਕ ਗੰਢ ਵਾਂਗੂ ਪਈ ਹੋਈ ਸੀ ਉਹ ਹਨੇਰਾ ਜਿਹੜਾ ਕੁਛੇਰ ਪਹਿਲਾਂ ਇੱਕ ਗੁੱਜੀ ਸੱਟ ਵਾਂਗੂ ਚੁੱਪ ਸੀ ਹੁਣ ਜ਼ਖਮ ਵਾਂਗੂ ਵਗਦਾ ਪਿਆ ਸੀ ਇਸੇ ਜਨਮ ਵਿੱਚ ਜਿਵੇਂ ਧੀ ماں ਬਣ ਗਈ ਹੋਵੇ ਤੇ ਮਾਂ ਧੀ ਬਣ ਗਈ ਹੋਵੇ ਸਾਰੀ ਦੀ ਸਾਰੀ ਮਾਂ ਨੂੰ ਕੰਮੀ ਨੇ ਆਪਣੀਆਂ ਬਾਹਾਂ 'ਚ ਲੈ ਲਿਆ ਕੰਮੀ ਦੇ ਸਾਂਹ ਬਲਦੇ ਪਏ ਸਨ ਮਾਂ ਦਾ ਸਾਰਾ ਪਿੰਡਾ ਬਰਫ ਹੁੰਦਾ ਜਾਂਦਾ ਸੀ ਕੰਮੀ ਨੇ ਆਪਣਾ ਸਾਰਾ ਮੂੰਹ ਮਾਂ ਦੀ ਗਿੱਚੀ ਨਾਲ ਕੰਨਾਂ ਨਾਲ ਗੱਲਾਂ ਨਾਲ ਘੁੱਟਿਆ ਸਾਰਾ ਸੇਕ ਜਿਵੇਂ ਉਹ ਮਾਂ ਦੇ ਰੋਮ ਰੋਮ 'ਚ ਦੇਣਾ ਚਾਹੁੰਦੀ ਹੋਵੇ ਚੱਲ ਅੰਦਰ ਫਾੜੇ ਇਧਰੋਂ ਕੰਮੀ ਦਾ ਪਿਓ ਵੇਠਾ ਉੜਿਆ ਤੇ ਉਹਨੇ ਇੱਕ ਹੱਥ ਨਾਲ ਕੰਮੀ ਦੀ ਮਾਂ ਦੀਆਂ ਲੱਤਾਂ ਫੜੀਆਂ। ਇਹ ਕੰਮੀ ਦੀ ਜ਼ਿੰਦਗੀ 'ਚ ਪਹਿਲਾ ਦਿਨ ਸੀ ਜਦੋਂ ਉਹਨੇ ਆਪਣੇ ਪਿਓ ਦੀ ਬਾਹ ਨੂੰ ਪਰਾਂ ਤੱਕਿਆ ਸੀ। ਉਹ ਮਰਦ ਜਿਹਨੇ ਸਾਰੀ ਉਮਰ ਤੀਵੀ ਨੂੰ ਤੱਕੇ ਦਿੱਤੇ ਸਨ ਅੱਜ ਚੁੱਪ ਕਰਕੇ ਆਪਣੀ ਧੀ ਕੋਲੋਂ ਤੱਕਾ ਖਾ ਲਿਆ ਤੇ ਗਾਂ ਹੋ ਕੇ ਫੇਰ ਬਾਹਾਂ ਉੜਾਈਆਂ। ਇੱਕ ਰਜਾਈ, ਦੋ ਰਜਾਈਆਂ, ਗਰਮ ਪਾਣੀ ਦੀ ਬੋਤਲ, ਬਰਾਂਡੀ ਦੇ ਕੋਟ ਆਪਣੇ ਦਿਲ ਦਾ ਸੀ ਕੰਮੀ ਜੋ ਕੁਝ ਕਰ ਸਕਦੀ ਸੀ ਉਹਨੇ ਕੀਤਾ। ਮਾਂ ਦਾ ਪਿੰਡਾ ਨਿੱਗਾ ਹੁੰਦਾ ਗਿਆ ਗਰਮ ਹੁੰਦਾ ਗਿਆ ਤੇ ਫਿਰ ਤੱਤੀ ਈਟ ਵਾਂਗੂ ਪਖਣ ਲੱਗ ਪਿਆ ਸਵੇਰੇ ਜਦੋਂ ਡਾਕਟਰ ਆਇਆ ਮਾਂ ਨੂੰ 106 ਬੁਖਾਰ ਸੀ ਬਰਫ਼ ਦੀਆਂ ਪੱਟੀਆਂ ਦਵਾਈਆਂ ਟੀਕੇ ਪਰ ਬੁਖਾਰ 107 ਹੋ ਗਿਆ 7.5 8 ਡਾਕਟਰ ਸਰਾਂਦੀ ਬੈਠਾ ਰਿਹਾ ਤੇ ਫਿਰ ਮਾਂ ਦੀ ਨਬਜ਼ ਡੁੱਬਣ ਲੱਗ ਪਈ ਹੋਰ ਬਰਫ਼ ਹੋਰ ਦਵਾਈ ਹੋਰ ਟੀਕੇ ਬੁਖਾਰ ਨੇ ਮੋੜਾ ਖਾਦਾ ਪਰ ਜਿਹੜੀ ਠੰਡ ਤੇ ਜਿਹੜੀ ਪੀੜ ਮਾਂ ਦੀਆਂ ਹੱਡੀਆਂ 'ਚੋਂ ਲੰਘਦੀ ਉਹਦੇ ਫੇਫੜਿਆਂ 'ਚ ਘਰਕਦੀ ਪਈ ਸੀ ਉਹਦੀ ਸੋਜ ਨੇ ਉਹਦੇ ਸਾਹ ਲੈਣ ਵਾਲੀਆਂ ਨਾੜਾਂ ਨੂੰ ਪੀਰ ਦਿੱਤਾ ਸੀ ਥਰਮਾਮੀਟਰ ਦਾ ਪਾਰਾ ਕਦੇ ਅਗਾਹ ਹੁੰਦਾ ਕਦੇ ਪਿਛਾਂ ਪਰ ਸਾਹਾਂ ਦੇ ਪੈਰ ਉਖੜਦੇ ਜਾਂਦੇ ਸਨ ਕੰਮੀ ਦੇ ਪਿਓ ਨੇ ਜੇ ਵੀ ਆਪਣੇ ਗਾਲੂ ਨੂੰ ਕਮੀਜ਼ ਪਾਈ ਹੋਈ ਸੀ ਜਿਸ ਕਮੀਜ਼ ਨੂੰ ਇਸਤਰੀ ਕਰਦੇ ਆਂ ਕੰਮੀ ਦੀ ਮਾਂ ਕੋਲੋਂ ਉਹਦਾ ਕਾਲਰ ਸੜ ਗਿਆ ਸੀ ਜਿੱਥੋਂ ਕੰਮੀ ਦੇ ਪਿਓ ਦਾ ਗੁੱਸਾ ਬਲ ਉੱਠਿਆ ਸੀ ਜ਼ਬਾਨ ਤਿੱਤੀ ਹੋ ਗਈ ਸੀ ਹੱਥ ਲੰਬੇ ਹੋ ਗਏ ਸਨ ਇੰਨੇ ਲੰਬੇ ਕਿ ਰਾਤ ਨੂੰ ਉਹਨੇ ਕੰਮੀ ਦੀ ਮਾਂ ਨੂੰ ੱੱਕੇ ਦਿੰਦੇ ਆ ਬੂਹੇ ਤੋਂ ਬਾਹਰ ਕਰ ਦਿੱਤਾ ਸੀ ਮਾਂ ਦੇ ਜਿਸਮ ਨੇ ਆਪਣੀ ਨਿਰਾਦਰੀ ਸਹਿ ਲਈ ਸੀ ਆਪਣੇ ਹੱਥਾਂ ਨਾਲ ਉਹ ਸਾਰੀ ਰਾਤ ਬੂਹਾ ਖੜਕਾਂਦੀ ਰਹੀ ਸੀ ਪਰ ਉਹਦੀ ਰੂਹ ਨੇ ਸ਼ਾਇਦ ਉਹ ਨਿਰਾਦਰੀ ਨਹੀਂ ਸੀ ਸਹਾਰੀ ਉਹਨੇ ਮੁੜ ਕੇ ਇਸ ਬੂਹੇ ਦੇ ਅੰਦਰ ਆਉਣਾ ਨਾ ਚਾਇਆ ਉਬਾਰ ਤੁਰਦੀ ਗਈ ਦੂਰ ਹੋਰ ਦੂਰ ਤੇ ਹੁਣ ਉਤਰਦੀ ਤੁਰਦੀ ਦੁਨੀਆ ਦੇ ਬੂਹੇ ਤੋਂ ਵੀ ਬਾਹਰ ਜਾਂਦੀ ਪਈ ਸੀ ਹੁਣ ਉਸ ਰੁੱਸੀ ਹੋਈ ਰੂਹ ਨੂੰ ਕੋਈ ਨਹੀਂ ਸੀ ਮੋੜ ਸਕਦਾ ਤੇ ਰੂਹ ਤੋਂ ਸਖਣੇ ਜਿਸਮ ਨੇ ਹੋਰ ਦੋ ਦਿਨ ਤਰਲੇ ਲੈ ਲਏ ਤੇ ਫੇਰ ਉਹਦੇ ਤਰਲੇ ਵੀ ਮੁੱਕ ਗਏ ਤਿੰਨ ਦਿਨ ਪਹਿਲਾਂ ਉਹ ਇਹ ਜਿਸਮ ਸੀ ਨਿੱਗਾ ਧੜਕਦਾ ਤੇ ਨਾਨਾ ਕਹਿੰਦਾ ਜਿਹਨੂੰ ਇਸ ਕਰਦੇ ਬੂਹੇ ਨੇ ਰਾਤ ਦੇ ਹਨੇਰੇ 'ਚ ਬਾਹਰ ਕੱਢ ਦਿੱਤਾ ਸੀ ਅੱਜ ਉਹ ਜਿਸਮ ਸੀ ਠੰਡਾ ਚੁੱਪ ਕੁਝ ਨਾ ਕਹਿੰਦਾ ਜਿਹਨੂੰ ਇਸ ਘਰ ਦੇ ਬੂਹੇ ਨੇ ਦਿਨ ਦੇ ਚਾਨਣ ਚ ਬਾਹਰ ਭੇਜ ਦਿੱਤਾ ਰਾਤ ਦੇ ਹਨੇਰੇ ਨੇ ਕਿਸੇ ਦੇ ਕੰਨਾਂ ਚ ਭਿੰਖ ਨਹੀਂ ਸੀ ਪਾਈ ਪਰ ਦਿਨ ਦੇ ਚਾਨਣ ਨੇ ਗਲੀ ਗੁਆਂਢ ਅੰਗ ਸਾਕ ਸਾਰੇ ਬੁਲਾ ਲਏ ਉਸ ਰਾਤ ਨੂੰ ਜਿਹੜੇ ਜਿਸਮ ਉਤੇ ਤੱਕਿਆਂ ਦੇ ਨਿਸ਼ਾਨ ਸਨ ਅੱਜ ਦਿਨ ਉਸ ਜਿਸਮ ਉਤੇ ਜਰੀ ਦੀ ਚਾਂਦਰ ਸੀ ਉਸ ਰਾਤ ਜਿਹੜੇ ਜਿਸਮ ਨੂੰ ਪੋ ਦੀ ਠੰਡ ਕੁਲਕੰਦੀ ਰਹੀ ਸੀ ਅੱਜ ਉਸ ਜਿਸਮ ਨੂੰ ਮਣਾ ਮੂਈ ਲੱਕੜਾਂ ਦਾ ਸੇਕ ਵੀ ਨਹੀਂ ਸੀ ਦੁਖਾਂ ਦਾ ਉਸ ਰਾਤ ਦਾ ਭੇਤ ਤੇ ਅੱਜ ਦੇ ਦਿਨ ਦਾ ਭੇਤ ਕੰਮੀ ਦੀ ਉਮਰ ਦਾ 16ਵਾਂ ਵਰਾ ਇਸ ਤਰ੍ਹਾਂ ਕੰਬਿਆ ਕੰਮੀ ਨੂੰ ਜਾਪਿਆ ਇਹ ਕੰਬਣੀ ਉਹ ਦੇ ਭਵਿੱਖ ਦੀਆਂ ਹੱਡੀ ਵਿੱਚ ਵੀ ਲਹਿ ਗਈ ਸੀ ਦੂਸਰਾ ਅੰਗ ਕੰਮੀ ਜਿਸ ਵੇਲੇ ਘਰੋਂ ਤੁਰੀ ਸੀ ਐਵੇਂ ਕਿਣਮਨ ਜਈ ਸੀ ਪਰ ਜਿਸ ਵੇਲੇ ਪ੍ਰਿੰਸੀਪਲ ਦੀ ਕੋਠੀ ਕੋਲ ਪਹੁੰਚੀ ਮੀਂਹ ਦੀ ਬੁਛਾੜ ਲੈ ਪਈ। ਫਟਕ ਖੋਲਦਿਆਂ ਬਗੀਚੇ ਦੀ ਡੰਡੀ ਲੰਘਦਿਆਂ ਸਾਹਮਣੇ ਵਰਾਂਡੇ ਤੱਕ ਪਹੁੰਚਦਿਆਂ ਉਹਦੇ ਕੱਪੜੇ ਨਿਚੋੜਨ ਵਾਲੇ ਹੋ ਗਏ ਸਨ। ਕੰਮੀ ਨੇ ਅਜੇ ਦਰਵਾਜ਼ਾ ਨਹੀਂ ਸੀ ਖੜਕਾਇਆ। ਪ੍ਰਿੰਸੀਪਲ ਆਪਣੀ ਬਾਰੀ ਚ ਖਲੋਤੀ ਆਪਣੇ ਬਗੀਚੇ ਦੇ ਫੁੱਲਾਂ ਨੂੰ ਮੀਂਹ ਚ ਨਹਾਉਂਦਿਆਂ ਵੇਖਦੀ ਪਈ ਸੀ। ਉਹਦਾ ਧਿਆਨ ਕੰਮੀ ਤੇ ਪਿਆ। ਅੰਦਰ ਆਜਾ ਕਮਲ। ਮੇਰੇ ਕੱਪੜੇ ਸਾਰਾ ਕਮਰਾ ਖਰਾਬ ਹੋ ਜਾਏਗਾ। ਮੇਰੇ ਕਮਰੇ ਦਾ ਕੁਝ ਨਹੀਂ ਖਰਾਬ ਹੁੰਦਾ। ਸਾਦਾ ਫਰਸ਼ ਮੁੜ ਕੇ ਸਾਫ਼ ਹੋ ਜਾਏਗਾ ਅੰਦਰ ਆ ਜਾ ਕੰਮੀ ਨੇ ਚੱਪਲਾਂ ਬਾਹਰ ਲਾ ਦਿੱਤੀਆਂ ਤੇ ਅੰਦਰ ਆ ਗਈ ਪਤਾ ਨਹੀਂ ਮੈਨੂੰ ਆਉਣਾ ਚਾਹੀਦਾ ਸੀ ਕਿ ਨਹੀਂ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਤੈਨੂੰ ਕੱਪੜੇ ਦੇ ਆ ਬਦਲਣ ਲਈ ਇਹ ਬਹੁਤ ਗਿੱਲੇ ਨੇ ਨਹੀਂ ਮਿਹਰਬਾਨੀ ਬਹੁਤ ਗਿੱਲੇ ਨਹੀਂ ਤੇ ਕੰਮੀ ਨੇ ਸਿਰ ਦੀ ਚੁੰਨੀ ਦਹਲਿਜ਼ਾਂ ਦੇ ਬਾਹਰ ਨਿਚੋੜ ਕੇ ਫੇਰ ਉੱਤੇ ਲੈ ਲਈ ਮੈਂ ਇੱਕ ਐਪਲੀਕੇਸ਼ਨ ਹਾਂ ਹਾਂ ਐਪਲੀਕੇਸ਼ਨ ਮੈਨੂੰ ਮਿਲੀ ਏ ਪਰ ਤੂੰ ਕੱਪੜੇ ਬਦਲ ਐ ਸਰਦੀ ਲੱਗ ਜਾਏਗੀ ਜੇ ਤੁਸੀਂ ਮੈਨੂੰ ਹੌਸਟਲ 'ਚ ਜਗ੍ਹਾ ਦੇ ਦਿਓ ਮੈਂ ਸੁਣਿਆ ਐਪਲੀਕੇਸ਼ਨਸ ਬਹੁਤ ਆਈਆਂ ਨੇ ਤੇ ਹੋਸਟਲ 'ਚ ਜਗ੍ਹਾ ਥੋੜੀ ਹੈ ਮੈਨੂੰ ਸਰਦੀ ਨਹੀਂ ਲੱਗੇਗੀ ਕਮੀ ਦੀ ਗੱਲ ਉਖੜੀ ਹੋਈ ਸੀ ਪ੍ਰਿੰਸੀਪਲ ਹੱਸ ਪਈ ਜੇ ਹੋਸਟਲ 'ਚ ਸੀਟ ਮਿਲ ਜਾਏ ਤਾਂ ਸਰਦੀ ਨਹੀਂ ਲੱਗੇਗੀ ਨਹੀਂ ਮੇਰਾ ਇਹ ਮਤਲਬ ਨਹੀਂ ਸੀ ਕਮੀ ਨੂੰ ਵੀ ਆਪਣੀ ਉਖੜੀ-ਉਖੜੀ ਗੱਲ ਤੇ ਹਾਸਾ ਆ ਗਿਆ ਪਰ ਹੋਸਟਲ ਵਿੱਚ ਤਾਂ ਉਹਨਾਂ ਲੜਕੀਆਂ ਨੂੰ ਰਹਿਣ ਦੀ ਮਜਬੂਰੀ ਹੁੰਦੀ ਹੈ ਜਿਨ੍ਹਾਂ ਦੇ ਮਾਂ-ਬਾਪ ਉਸ ਸ਼ਹਿਰ 'ਚ ਨਾ ਰਹਿੰਦੇ ਹੋਣ ਮੇਰੀ ਮਾਂ ਮੈਨੂੰ ਪਤਾ ਹੈ ਪਿੱਛੇ ਤੂੰ ਛੁੱਟੀਆਂ ਵੀ ਲਈਆਂ ਸਨ ਕੀ ਤਕਲੀਫ ਹੋ ਗਈ ਸੀ ਮਾਂ ਨੂੰ ਬਿਮਾਰ ਸੀ ਬਹੁਤ ਚਿਰ ਤੋਂ ਨਹੀਂ ਸਰਦੀ ਲੱਗੀ ਸੀ ਅਚਾਨਕ ਕੰਮੀ ਨੇ ਸਿਰ ਨੀਵਾ ਪਾ ਲਿਆ ਤੇਰੇ ਹੋਰ ਭੈਣ ਭਰਾ ਮੈਂ ਇਕੱਲੀ ਹਾਂ ਤੇਰੇ ਪਿਤਾ ਜੀ ਉਹ ਤਾਂ ਇੱਥੇ ਹੀ ਕੰਮ ਕਰਦੇ ਨੇ ਨਾ ਹਾਂ ਪਰ ਤੁਸੀਂ ਮੈਨੂੰ ਹੌਸਟਲ 'ਚ ਸੀਟ ਦੇ ਦਿਓ ਤੇ ਫਿਰ ਤੈਨੂੰ ਸਰਦੀ ਨਹੀਂ ਲੱਗੇਗੀ ਪ੍ਰਿੰਸੀਪਲ ਨੇ ਫਿਰ ਹੱਸ ਕੇ ਮਾਂ ਦੀ ਮੌਤ ਵਾਲੀ ਦੁਖਾਵੀਂ ਗੱਲ ਨੂੰ ਇੱਕ ਸੁਖਾਵੇਂ ਪਾਸੇ ਵੱਲ ਮੋੜਿਆ ਤੇ ਉੱਠ ਕੇ ਅਲਮਾਰੀ 'ਚੋਂ ਕੱਪੜੇ ਕੱਢਣ ਲੱਗੀ ਤੋਤੋਂ ਧੀ ਪਾਲਾਂਗੇ ਮੈਨੂੰ ਸੱਚਮੁੱਚ ਸਰਦੀ ਨਹੀਂ ਲੱਗਦੀ ਪਈ ਵੇਖ ਤੈਨੂੰ ਅਜੇ ਵੀ ਸਰਦੀ ਤੋਂ ਡਰ ਨਹੀਂ ਲੱਗਦਾ ਤੂੰ ਹੁਣੇ ਕਹਿੰਦੀ ਪਈ ਸੀ ਤੇਰੀ ਮਾਂ ਨੂੰ ਅਚਾਨਕ ਸਰਦੀ ਲੱਗ ਗਈ ਇੱਧਰ ਆ ਇਹਨਾਂ ਵਿੱਚੋਂ ਕੋਈ ਤੋਤੀ ਕੰਮੀ ਕੋਲੋਂ ਆਖਾ ਨਾ ਮੁੜਿਆ ਗਿਆ ਉਹਨੇ ਅਲਮਾਰੀ 'ਚੋਂ ਇੱਕ ਤੋਤੀ ਕੱਢ ਲਈ ਕੰਮੀ ਜਦੋਂ ਗੁਸਲਖਾਨੇ 'ਚੋਂ ਕੱਪੜੇ ਬਦਲ ਕੇ ਵਾਪਸ ਆਈ ਪ੍ਰਿੰਸੀਪਲ ਨੇ ਦੋ ਪਿਆਲੇ ਚਾਹ ਬਣਾਈ ਹੋਈ ਸੀ ਇੱਕ ਪਿਆਲਾ ਕੰਮੀ ਨੂੰ ਫੜਾ ਕੇ ਆਖਣ ਲੱਗੀ ਤੂੰ ਸਾਇੰਸ ਲਈ ਹੋਈ ਹੈ ਨਾ ਜੀ ਉਗੋਂ ਕੀ ਕਰਨਾ ਚਾਹੇਗੀ ਡਾਕਟਰੀ ਕਰੇਗੀ ਜੀ ਨਹੀਂ ਤਾਂ ਬਾਕੀ ਕੁੜੀਆਂ ਵਾਂਗ ਧਿਆਨ ਮੁਕਾਉਂਦੇ ਵਿਆਹ ਕਰ ਲੈਣਗੀਆਂ ਜੀ ਨਹੀਂ ਇਸ ਵਾਰ ਦੇ ਜੀ ਨਹੀਂ ਨਾਲ ਪ੍ਰਿੰਸੀਪਲ ਨੇ ਕਮੀ ਨੂੰ ਗੌਰ ਨਾਲ ਵੇਖਿਆ ਫਿਰ ਆਖਿਆ ਪਰ ਲੜਕੀਆਂ ਤਾਂ ਅਕਸਰ ਇਸੇ ਲਈ ਪੜ੍ਹਾਈ ਕਰਦੀਆਂ ਨੇ ਕਿ ਉਹਨਾਂ ਦਾ ਕਿਸੇ ਚੰਗੀ ਥਾਂ ਵਿਆਹ ਹੋ ਜਾਏ ਪਰ ਮੈਂ ਇਸ ਲਈ ਪੜ੍ਹਾਈ ਨਹੀਂ ਕਰ ਰਹੀ ਕਮੀ ਦੇ ਅੱਖਾਂ 'ਚ ਆਮ ਕੁੜੀਆਂ ਵਾਲੀ ਸ਼ਰਮਾਕਲ ਨਹੀਂ ਨਹੀਂ ਸੀ ਪ੍ਰਿੰਸੀਪਲ ਦਾ ਧਿਆਨ ਹੋਰ ਖਿੱਚਿਆ ਗਿਆ ਫਿਰ ਤੂੰ ਕਿਹੜੇ ਪਾਸੇ ਜਾਣਾ ਚਾਹੇਂਗੀ ਤੁਹਾਡੇ ਵਾਲੇ ਪਾਸੇ ਮੇਰੇ ਵਾਲੇ ਪਾਸੇ ਪ੍ਰਿੰਸੀਪਲ ਨੇ ਗੌਰ ਨਾਲ ਕਮੀਨੂ ਵੇਖਿਆ ਫਿਰ ਆਖਿਆ ਮੇਰੇ ਵਾਲਾ ਪਾਸਾ ਕੀ ਹੈ ਐਜੂਕੇਸ਼ਨ ਲਾਈਨ ਤੁਸੀਂ ਇੱਕ ਦਿਨ ਕਾਲਜ ਚ ਆਖ ਰਹੇ ਸੀ ਕਿ ਤੁਸੀਂ ਕਾਂਗੜਾ ਵਾਦੀ ਚ ਇੱਕ ਸਕੂਲ ਖੋਲਣਾ ਚਾਹੁੰਦੇ ਹੋ ਜਿਹੜੇ ਬਾਪ ਫੌਜੀ ਨੌਕਰੀਆਂ ਚ ਹੁੰਦੇ ਨੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਕਿਤੇ ਵੀ ਟਿੱਕੇ ਨਹੀਂ ਹੁੰਦੀ ਛੋਟੀਆਂ ਨੌਕਰੀਆਂ ਵਾਲੇ ਆਪਣੇ ਬੱਚਿਆਂ ਨੂੰ ਬਹੁਤੇ ਮਹਿੰਗੇ ਸਕੂਲਾਂ ਵਿੱਚ ਤੇ ਹੋਸਟ ਲਾਂਚ ਨਹੀਂ ਰੱਖ ਸਕਦੇ ਉਹਨਾਂ ਲਈ ਤੁਸੀਂ ਹਾਂ ਇਹ ਸਾਰਾ ਕੁਝ ਕਈ ਵਾਰ ਮੇਰੇ ਮਨ 'ਚ ਬੜੀ ਤੇਜ਼ੀ ਨਾਲ ਆਉਂਦਾ ਪਰ ਇਹ ਪਤਾ ਨਹੀਂ ਕਦੋਂ ਮੈਂ ਉਸ ਸਕੂਲ 'ਚ ਕੰਮ ਕਰਾਂਗੀ ਕਮੀ ਨੇ ਇੰਜ ਜਿਗ ਫੈਸਲੇ ਵਾਂਗ ਆਖਿਆ ਜਿਵੇਂ ਉਸ ਸਕੂਲ ਦੀ ਜ਼ਮੀਨ ਖਰੀਦ ਲਈ ਗਈ ਹੋਵੇ ਤੇ ਉਸ ਸਕੂਲ ਦੀ ਉਸਾਰੀ ਵੀ ਸ਼ੁਰੂ ਹੋ ਗਈ ਹੋਵੇ ਪ੍ਰਿੰਸੀਪਲ ਨੇ ਉੱਥੇ ਕੰਮ ਕਰਨ ਲਈ ਚੰਗੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਨੂੰ ਸੱਦਾ ਦਿੱਤਾ ਹੋਵੇ ਤੇ ਕਮੀ ਨੇ ਉਹ ਸੱਦਾ ਮਨਜ਼ੂਰ ਕਰ ਲਿਆ ਹੋਵੇ ਪ੍ਰਿੰਸੀਪਲ ਹੱਸ ਪਈ ਫੇਰ ਆਖਣ ਲੱਗੀ ਤੇ ਇੱਕ ਦਿਨ ਅਚਾਨਕ ਤੇਰੇ ਪਿਤਾ ਦੀ ਤਾਰ ਆ ਜਾਏਗੀ ਫਲਾਣੇ ਦਿਨ ਤੇਰਾ ਵਿਆਹ ਪੱਕਾ ਹੋ ਗਿਆ ਤੂੰ ਅਸਤੀਫਾ ਦੇ ਕੇ ਜਲਦੀ ਵਾਪਸ ਆ ਜਾ ਨਹੀਂ ਮੈਂ ਆਖਿਆ ਸੀ ਨਾ ਮੈਂ ਤੁਹਾਡੇ ਵਾਲੇ ਪਾਸੇ ਜਾਵਾਂਗੀ ਕੀ ਮਤਲਬ ਕਮੀ ਨੇ ਸਿਰ ਨੀਵਾ ਪਾ ਲਿਆ ਤੂੰ ਕੀ ਕਹਿਣਾ ਚਾਹੁੰਨੀ ਹੈ ਕਮਲ ਮੈਂ ਕੁਝ ਨਹੀਂ ਨਹੀਂ ਕਮਲ ਤੂੰ ਕੁਝ ਕਹਿਣਾ ਚਾਹੁੰਨੀ ਹੈ ਕਮੀ ਸੰਗ ਗਈ ਫੇਰ ਆਖਣ ਲੱਗੀ ਤੁਹਾਨੂੰ ਕਦੇ ਇਹੋ ਜੀ ਤਾਰ ਆਈ ਸੀ ਜੇ ਆਈ ਹੋਏਗੀ ਤਾਂ ਤੁਸੀਂ ਕਦੇ ਅਸਤੀਫਾ ਨਹੀਂ ਦਿੱਤਾ ਪ੍ਰਿੰਸੀਪਲ ਦਾ ਜੀ ਉੰਮਲੀ ਆ ਕਿ ਉਹ ਕੰਮੀ ਨਾਲ ਬੜੀਆਂ ਗੱਲਾਂ ਕਰੇ ਇੰਜ ਜਿਵੇਂ ਗਲੰਘ ਗੀ ਜਵਾਨੀ ਕੌਣ ਵਾਲੀ ਜਵਾਨੀ ਨਾਲ ਗੱਲਾਂ ਕਰਦੀ ਹੈ ਅੱਗ ਦੀਆਂ ਗੱਲਾਂ ਪਾਣੀ ਦੀਆਂ ਗੱਲਾਂ ਦਿਲ ਵਿੱਚ ਬਲਦੀ ਅੱਗ ਦੀਆਂ ਅੱਖਾਂ 'ਚ ਵਸਦੇ ਪਾਣੀ ਦੀਆਂ ਤੇ ਪ੍ਰਿੰਸੀਪਲ ਦੀ ਕਲਪਨਾ ਇਸ ਕਾਲਜ ਵਿੱਚ ਇਸ ਤੋਂ ਪਹਿਲੇ ਕਾਲਜ ਵਿੱਚ ਤੇ ਉਸ ਤੋਂ ਪਹਿਲੇ ਕਾਲਜ ਵਿੱਚ ਬਤਾਏ ਹੋਏ 3 ਵਰਿਆਂ ਨੂੰ ਪਲਾਂਚ ਫਰੋ ਲਾਈ ਸਕੂਲ ਕਾਲਜ ਵਿਦਿਆ ਦੇਖੋ ਹਰ ਵਰੇ ਕੁੜੀਆਂ ਇੱਕ ਖਾਲੀ ਭਾਂਡੇ ਵਾਕਰ ਆਈਆਂ ਤੇ ਪਾਣੀ ਨਾਲ ਭਰੀਆਂ ਹੋਈਆਂ ਮੁੜ ਗਈਆਂ ਤੇ ਉਹ ਸਕੂਲ ਦੀ ਮਿਸਟਰੈਸ ਕਾਲਜ ਦੀ ਪ੍ਰਿੰਸੀਪਲ ਖੁਦ ਹੀ ਲੱਜਵਾਕਰ ਉੱਥੀ ਬੱਜੀ ਰਹੀ ਤੇ ਲੱਜ ਜਿਹਨੂੰ ਖਿੱਚ-ਖਿੱਚ ਕੇ ਉੱਪਰ ਦੀ ਚਰਖੜੀ ਨੇ ਹੁਣ ਟੁੱਟਣ ਜੋਗੀ ਕਰ ਛੱਡਿਆ ਸੀ ਜਾਂ ਹੋਰ ਦਸਾਂ ਵਰਿਆਂ ਨੂੰ ਕਰ ਛੱਡੇਗੀ ਇਸ ਲੱਜ ਨੇ ਖੂਹ ਤੋਂ ਬਾਹਰ ਨਿਕਲ ਕੇ ਕਦੀ ਨਹੀਂ ਵੇਖਣਾ ਕਿ ਬਾਹਰ ਨਦੀਆਂ ਦਰਿਆ ਵੀ ਵਗਦੇ ਨੇ ਜਿਨ੍ਹਾਂ ਨੂੰ ਤਰ-ਤਰ ਕੇ ਕਈ ਸੋਹਣੀਆਂ ਆਪਣੇ ਪਿਆਰਿਆਂ ਨੂੰ ਮਿਲਣ ਜਾਂਦੀਆਂ ਨੇ ਬਾਰ ਮੀਲਾਂ ਚ ਵਗਦੇ ਸਮੁੰਦਰ ਵੀ ਹੁੰਦੇ ਨੇ ਜਿਨ੍ਹਾਂ ਦੇ ਕੰਡੇ ਬਹਿ ਕੇ ਬੱਚੇ ਸਿੱਪੀਆਂ ਚੁੰਨਦੇ ਨੇ ਤੇ ਪ੍ਰਿੰਸੀਪਲ ਦਾ ਜੀ ਕਿਤਾ ਉਹ ਕਮੀ ਨੂੰ ਗਲ ਨਾਲ ਲਾ ਕੇ ਆਖੇ ਤੋ ਕੁਝ ਵੀ ਬਨ ਜਾਏ ਸੋਣੀਏ ਪਰ ਖੋਦ ਹੀ ਲੱਜ ਨਾ ਪਣੀ ਲੰਘ ਚੁੱਕੀ ਜਵਾਨੀ ਨੇ ਆਉਂਦੀ ਜਵਾਨੀ ਨੂੰ ਵੇਖਿਆ ਤੇ ਫਿਰ ਪ੍ਰਿੰਸੀਪਲ ਨੂੰ ਇਹ ਸਾਰੇ ਖਿਆਲ ਇਸ ਤਰ੍ਹਾਂ ਜਾਪੇ ਜਿਵੇਂ ਕੋਠੇ ਜਿੱਦੀ ਛਲ ਵਾਂਗ ਆਏ ਸਨ ਤੇ ਨਰੀ ਝਾਗ ਵਾਂਗ ਮੁੜ ਗਏ ਸਨ ਕੰਡੇ ਦੀ ਰੇਤ ਉਤੇ ਪਾਣੀ ਨਹੀਂ ਸੀ ਠਹਿਰਿਆ ਉਨੇ ਕੰਮੀ ਨੂੰ ਸਿਰਫ ਇਨਾ ਆਖਿਆ ਹੋਸਟਲ 'ਚ ਸੀਟ ਮਿਲ ਜਾਏਗੀ ਤੇ ਤੇਰਾ ਕਦੇ ਜੀ ਕਰੇ ਤੂੰ ਛੁੱਟੀ ਵਾਲੇ ਦਿਨ ਇੱਥੇ ਆ ਜਾਇਆ ਕਰੀ ਅੰਗ ਤੀਸਰਾ ਪ੍ਰਿੰਸੀਪਲ ਮਿਸ ਮਦਾਨ ਨੇ ਮਨ ਵਿੱਚ ਕਾਂਗੜਾਵਾਦੀ 'ਚ ਸਕੂਲ ਖੋਲਣ ਦਾ ਇੱਕ ਸੁਪਨਾ ਬੜੇ ਬਰਿਆਂ ਤੋਂ ਇੱਕ ਬੀ ਵਾਂਗ ਪਿਆ ਹੋਇਆ ਸੀ ਕਾਂਗੜਾਵਾਦੀ ਦੇ ਪਿੰਡ ਪਿੰਡ ਨੂੰ ਫੋਲਦਿਆਂ ਮਿਸ ਮਦਾਨ ਨੂੰ ਪੰਚ ਰੁਖੀ ਸਟੇਸ਼ਨ ਤੋਂ ਕੋਈ 3 ਮੀਲ ਪਰਾਂ ਇੱਕ ਪਿੰਡ 'ਚ ਜ਼ਮੀਨ ਪਸੰਦ ਆਈ ਮਿਸ ਮਦਾਨ ਦੇ ਸੁਪਨੇ ਦਾ ਬਿਉਗ ਪਿਆ ਢੋਲਾ ਧਾਰ ਦੇ ਉੱਤੇ ਪਹਾੜਾਂ ਦੀ ਵੱਖੀ ਚ ਇੱਕ ਸਾਵੀ ਪੱਧਰੀ ਜ਼ਮੀਨ ਸੀ ਇੱਕ ਪਾਸੇ ਚੰਗਾ ਵੱਡਾ ਪਹਾੜੀ ਨਾਲਾ ਵਰਗਾ ਸੀ ਤੇ ਜਿਹੜੀ ਜਿਹੜੀ ਕੋਖ ਵਿੱਚ ਤਿੰਨ ਘਰਾਟ ਸਨ ਦੂਰ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਉੱਚੇ ਨੀਵੇਂ ਪੌੜੀਆਂ ਵਾਂਗ ਵਿਛੇ ਹੋਏ ਮੱਕਈ ਦੇ ਖੇਤ ਸਨ ਲੱਕੜ ਦੇ ਛੱਜਿਆਂ ਵਾਲੇ ਤੇ ਸਲੇਟਾਂ ਦੀਆਂ ਛੱਤਾਂ ਵਾਲੇ ਪਹਾੜੀ ਘਰ ਇਸ ਜ਼ਮੀਨ ਤੋਂ ਥੋੜੀ ਜਿਹੀ ਵਿੱਥ ਉੱਤੇ ਸਨ ਇੱਕ ਬਗੀਚਾ ਵੀ ਇਸ ਜ਼ਮੀਨ ਵਿੱਚ ਪੈਂਦਾ ਪੈਂਦਾ ਸੀ ਜਿੱਥੇ ਅਮਰੂਦਾਂ ਤੇ ਅਨਾਰਾਂ ਦੇ ਰੁੱਖ ਫੁੱਲ ਦਿੰਦੇ ਪਏ ਸਨ ਤੇ ਕਿਸੇ ਕਿਸਾਨ ਨੇ ਆਪਣੇ ਪੱਕੇ ਹੋਏ ਖੇਤ ਦੀ ਵੀ ਇਹੋ ਜਿਹੀ ਰਾਖੀ ਨਹੀਂ ਕੀਤੀ ਹੋਣੀ ਮਿੱਟੀ ਚ ਕਈਆਂ ਵੱਜਦੀਆਂ ਨੀਹਾਂ ਭਰੀਂਦੀਆਂ ਇੱਟਾਂ ਚੁਣੀਂਦੀਆਂ ਤੇ ਮਿਸ ਮੈਦਾਨ ਸਾਹਮਣੇ ਇੱਕ ਰੁੱਖ ਹੇਠਾਂ ਬਹਿ ਕੇ ਆਪਣੇ ਸੁਪਨੇ ਨੂੰ ਉੱਗਦੇਆਂ ਵੇਖਦੀ ਰਹਿੰਦੀ ਇਹ ਗਰਮੀਆਂ ਦੇ ਉਹ ਦਿਨ ਸਾਂਝਾ ਚ ਪੰਜਾਬ ਦੇ ਕਾਲਜਾਂ ਚ ਛੁੱਟੀਆਂ ਹੁੰਦੀਆਂ ਹਨ ਕੰਮੀ ਆਪਣੇ ਕਾਲਜ ਦਾ ਆਖੀਰਲਾ ਬਰਾ ਮੁਕਾ ਚੁੱਕੀ ਸੀ ਤੇ ਇਸ ਲਈ ਮਿਸ ਮਦਾਨ ਨੂੰ ਇਕੱਲਿਆਂ ਨਾ ਆਉਣਾ ਪਿਆ ਕੰਮੀ ਉਹਦੇ ਉਸਰਣ ਵਾਲੇ ਸਕੂਲ ਦੀ ਪਹਿਲੀ ਮੁਲਾਜ਼ਮਾ ਸੀ ਮਿਸ ਮਦਾਨ ਤੇ ਕੰਮੀ ਅੱਜਕੱਲ ਇੱਕ ਪਹਾੜੀ ਘਰ 'ਚ ਰਹਿੰਦੀਆਂ ਸਨ ਸਕੂਲ ਦੀਆਂ ਤੇ ਸਟਾਫ ਕਰੰਦੀਆਂ ਕੰਦਾ ਦਿਨੋਂ ਦਿਨ ਉੱਚੀਆਂ ਹੁੰਦੀਆਂ ਜਾਂਦੀਆਂ ਸਨ ਪਰ ਜਿੱਛੱਤਾਂ ਪੈਣੀਆਂ ਸਨ ਬੂਹੇ ਬਾਰੀਆਂ ਲੱਗਣੇ ਸਨ ਪਾਣੀ ਆਉਣਾ ਸੀ ਸਰਕਾਰ ਨੇ ਬਿਜਲੀ ਦੇਣ ਦਾ ਇਕਰਾਰ ਕਰ ਲਿਆ ਹੋਇਆ ਸੀ ਮਿਸ ਮੈਦਾਨ ਸਵੇਰ ਦੀ ਚਾਹ ਬਣਾਉਂਦੀ ਸੀ ਤੇ ਫਿਰ ਬਾਹਰ ਕਿਸੇ ਅਮਰੂਦ ਦੇ ਰੁੱਖਾਂ ਹੇਠਾਂ ਬਹਿ ਕੇ ਸਾਹਮਣੇ ਉੱਸਰ ਦੀਆਂ ਕੰਧਾਂ ਨੂੰ ਜਿਵੇਂ ਅੱਖਾਂ ਨਾਲ ਮਿਣਦੀ ਰਹਿੰਦੀ ਸੀ ਕੰਮੀ ਰੋਟੀ ਪਕਾਉਂਦੀ ਤੇ ਡੱਬਿਆਂ 'ਚ ਦਾਲ ਸਬਜ਼ੀ ਤੇ ਇੱਕ ਡੱਬੇ 'ਚ ਚਾਵਲ ਜਾਂ ਰੋਟੀ ਪਾ ਕੇ ਅਮਰੂਦ ਦੇ ਰੁੱਖੇ ਹੇਠਾਂ ਲੈ ਆਉਂਦੇ ਕੰਧਾਂ ਦਿਨੋਂ ਦਿਨ ਉੱਚੀਆਂ ਹੁੰਦੀਆਂ ਜਾਂਦੀਆਂ ਸਨ ਤੇ ਕੰਮੀ ਦਾ ਮਿਸ ਮੈਦਾਨ ਨਾਲ ਰਿਸ਼ਤਾ ਦਿਨੋਂ ਦਿਨ ਡੂੰਘਾ ਹੁੰਦਾ ਜਾਂਦਾ ਸੀ ਫੌਜੀ ਪਿਓ ਆਪਣੇ ਬੱਚਿਆਂ ਨੂੰ ਉਸ ਸਕੂਲ ਚ ਦਾਖਲ ਕਰਾਉਣ ਲਈ ਜਿਵੇਂ ਮਿਸ ਮੈਦਾਨ ਨਾਲੋਂ ਵੀ ਕਾਲੇ ਸਨ ਰੋਜ਼ ਚਿੱਠੀਆਂ ਦੀ ਕਥਾ ਹੀ ਆਉਂਦੀ ਤੇ ਮਿਸ ਮੈਦਾਨ ਦੀਆਂ ਅੱਖਾਂ ਵਿੱਚ ਆਪਣੇ ਸਕੂਲ ਦਾ ਸੁਪਨਾ ਸਕੂਲ ਦੀਆਂ ਕੰਧਾਂ ਨਾਲੋਂ ਵੀ ਉੱਚਾ ਹੋ ਜਾਂਦਾ ਕਮੀ ਦਾ ਪਿਓ ਕਮੀ ਨੂੰ ਆਪਣੀ ਜਵਾਨ ਜਹਾਨਤੀ ਨੂੰ ਇੰਜ ਇੱਕ ਦੁਰਾਡੇ ਪਿੰਡ ਚ ਭੇਜ ਕੇ ਖੁਸ਼ ਨਹੀਂ ਸੀ ਇਸ ਵਾਰ ਇੱਕ ਵਾਰੀ ਆਪ ਆ ਕੇ ਇੱਥੋਂ ਦਾ ਸਭ ਕੁਝ ਆਪਣੀ ਅੱਖੀਂ ਵੇਖਿਆ ਸੀ ਤੂੰ ਇਹਨਾਂ ਛੁੱਟੀਆਂ ਚ ਕੁਝ ਦਿਨ ਆਪਣੇ ਪਿਤਾ ਕੋਲ ਕਿਉਂ ਨਹੀਂ ਰਹਿ ਆਉਂਦੀ ਕਮੀ ਮੈਂ ਇੱਥੇ ਬੜੀ ਖੁਸ਼ ਹਾਂ ਮੈਨੂੰ ਪਤਾ ਹੈ ਤੂੰ ਇਹ ਸਭ ਕੁਝ ਇਸ ਲਈ ਕਰਨੀ ਪਈ ਹੈ ਕਿ ਮੈਨੂੰ ਇੱਥੇ ਇਕੱਲਿਆ ਨਾ ਰਹਿਣਾ ਪਵੇ ਮੈਂ ਇੰਨੀ ਉਪਕਾਰੀ ਨਹੀਂ ਜਿੰਨੀ ਤੁਸੀਂ ਸੋਚਿਆ ਫਿਰ ਤੂੰ ਕਿਉਂ ਨਹੀਂ ਕੁਝ ਦਿਨ ਆਪਣੇ ਘਰ ਰਹਿ ਆਉਂਦੇ ਮੇਰਾ ਘਰ ਮੇਰਾ ਘਰ ਕੋਈ ਨਹੀਂ ਤੂੰ ਇਸ ਤਰ੍ਹਾਂ ਕਿਉਂ ਆਖਨੀ ਹੈ ਕਮੀ ਤੇਰੇ ਪਿਓ ਦਾ ਘਰ ਤੇਰਾ ਘਰ ਨਹੀਂ ਕਮੀ ਕੋਈ ਉੱਤਰਨਾ ਦੇ ਸਕੇ ਫਿਰ ਠਹਿਰ ਕੇ ਆਖਣ ਲੱਗੀ ਮੈਂ ਛੁੱਟੀਆਂ ਹੁਣ ਤੋਂ ਪਹਿਲਾਂ ਸੋਚਦੀ ਸੀ ਸਾ ਛੁੱਟੀਆਂ ਹੋ ਜਾਣਗੀਆਂ ਹੋਸਟਲ 'ਚ ਮੈਂ ਰਹਿ ਨਹੀਂ ਸਕਣਾ ਕਿੱਥੇ ਜਾਵਾਂਗੀ ਇਹ ਤਾਂ ਚੰਗਾ ਹੋਇਆ ਤੁਸੀਂ ਮੈਨੂੰ ਆਪਣੇ ਨਾਲ ਇੱਥੇ ਲੈ ਆਏ ਇਹ ਪਹਿਲਾ ਦਿਨ ਸੀ ਜਦੋਂ ਮਿਸ ਮੈਦਾਨ ਨੇ ਕਮੀ ਦਾ ਸਿਰ ਆਪਣੀ ਝੋਲੀ ਚ ਲਿਆ ਪਿਛਲੇ ਕਈਆਂ ਦਿਨਾਂ ਤੋਂ ਦੋਹਾਂ ਦਾ ਰਿਸ਼ਤਾ ਗੂੜੀ ਛਾਂ ਵਰਗਾ ਹੁੰਦਾ ਜਾਂਦਾ ਸੀ ਪਰ ਅੱਜ ਜਿਵੇਂ ਇਸ ਰਿਸ਼ਤੇ ਨੂੰ ਫੁੱਲ ਪੈ ਗਏ ਕਮੀ ਤੇਰੇ ਛੋਟੇ ਜੇ ਮਨ 'ਚ ਕਿਹੜੀਆਂ ਉਦਾਸੀਆਂ ਭਰੀਆਂ ਹੋਈਆਂ ਨੇ ਪਤਾ ਨਹੀਂ ਪਰ ਮੈਨੂੰ ਜੱਪਦਾ ਹੈ ਮੈਂ ਆਪਣੇ ਜਨਮ ਤੋਂ ਲੈ ਕੇ ਉਦਾਸ ਹਾਂ ਸ਼ਾਇਦ ਉਸ ਤੋਂ ਵੀ ਪਿਛਲੇ ਜਨਮ ਤੋਂ ਆਪਣੀ ਮਾਂ ਦੀ ਜਨਮ ਤੋਂ ਕਮੀ ਤੇਰੀ ਮਾਂ ਦੀ ਜ਼ਿੰਦਗੀ ਖੁਸ਼ ਨਹੀਂ ਸੀ ਨਹੀਂ ਉਹਦਾ ਘਰ ਵੀ ਕੋਈ ਨਹੀਂ ਸੀ ਪਰ ਤੇਰੇ ਪਿਤਾ ਦਾ ਘਰ ਹੀ ਮਾਂ ਦਾ ਘਰ ਨਹੀਂ ਸੀ ਸ਼ਾਇਦ ਕਿਸੇ ਔਰਤ ਦਾ ਘਰ ਨਹੀਂ ਹੁੰਦਾ ਕਮੀ ਇਸੇ ਲਈ ਤੇ ਮੈਂ ਆਖਦੀ ਹਾਂ ਮੇਰਾ ਘਰ ਕੋਈ ਨਹੀਂ ਜਿਹੜਾ ਦਰਵਾਜ਼ਾ ਮੇਰੀ ਮਾਂ ਵਾਸਤੇ ਭੀੜਿਆ ਗਿਆ ਮੈਂ ਅਕੋਦੇ ਵੀ ਖੜਕਾਉਣਾ ਨਹੀਂ ਚਾਹੁੰਦੀ ਮੇਰੀ ਮਾਂ ਤੇ ਕੰਮੀ ਦਾ ਰੋਣ ਨਿਕਲ ਗਿਆ ਮਿਸ ਮੈਦਾਨ ਦੇ ਅੰਦਰਲੀ ਔਰਤ ਜਿਹੜੀ ਕਦੀ ਮਾਂ ਨਹੀਂ ਸੀ ਬਣ ਸਕੀ ਅੱਜ ਅਚਾਨਕ ਮਾਂ ਬਣ ਗਈ ਲੂਣੇ ਅਥਰੂਆਂ ਨੇ ਇਸ ਰਿਸ਼ਤੇ ਨੂੰ ਪਤਾ ਨਹੀਂ ਕਿੰਨਾ ਕੁ ਮਿੱਠਾ ਕਰ ਦਿੱਤਾ ਮੇਰੀ ਮਾਂ ਸਾਰੀ ਰਾਤ ਉਹਦਾ ਦਰਵਾਜ਼ਾ ਖੜਕਾਂਦੀ ਰਹੀ ਸਰਦੀਆਂ ਦੀ ਰਾਤ ਬਾਹਰ ਠੰਡਾ ਫਰਸ਼ ਉਹਦੇ ਗਲ 'ਚ ਇੱਕੋ ਕਮੀਜ਼ ਕੰਮੀ ਦਾ ਦਿਲ ਉਹਦੇ ਹੋਠਾਂ ਤੇ ਆ ਗਿਆ ਇੱਥੋਂ ਹੀ ਸਰਦੀ ਲੱਗ ਗਈ ਸੀ ਉਹਨੂੰ ਜਦੋਂ ਅਚਾਨਕ ਮਿਸ ਮਦਾਨ ਨੇ ਜਿਵੇਂ ਕੰਬ ਕੇ ਪੁੱਛਿਆ ਹਾਂ ਅਚਾਨਕ ਸਰਦੀ ਲੱਗ ਗਈ ਸੀ ਨਮੂਨੀਆਂ ਹੋ ਗਿਆ ਸੀ ਬਥੇਰੇ ਡਾਕਟਰ ਬੁਲਾਏ ਸਨ ਕਿਹੜੀ ਗੱਲ ਸੀ ਜਿਹੜੀ ਦੂਸਰੇ ਦਿਨ ਮੇਰੇ ਪਿਓ ਨੇ ਲੋਕਾਂ ਨੂੰ ਨਹੀਂ ਸੀ ਆਖੀ ਹਮੇਸ਼ਾ ਆਦਮੀ ਔਰਤ ਨੂੰ ਘਰੋਂ ਕੱਢਦਾ ਕਦੀ ਔਰਤ ਨੇ ਵੀ ਆਦਮੀ ਨੂੰ ਘਰੋਂ ਕੱਢਿਆ ਇਸੇ ਲਈ ਨਾ ਕਿ ਘਰ ਹਮੇਸ਼ਾ ਆਦਮੀ ਦਾ ਹੁੰਦਾ ਹੈ ਔਰਤ ਦਾ ਕੋਈ ਘਰ ਨਹੀਂ ਹੁੰਦਾ ਕੰਮੀ ਦੀਆਂ ਅੱਖਾਂ ਵਿੱਚ ਇੰਨੇ ਅਥਰੂ ਸਨ ਜਿਵੇਂ ਉਹ ਇੱਕ ਜਨਮ ਦੇ ਨਾ ਹੋਣ ਇੱਕ ਦਿਨ ਜਦੋਂ ਮੈਂ ਤੁਹਾਡੀ ਕੋਠੀ ਆਈ ਸਾਂ ਹੌਸਟਲ ਦੀ ਸੀਟ ਲਈ ਆਖਣ ਵਾਸਤੇ ਹਾਂ ਤੁਸੀਂ ਆਖਿਆ ਸੀ ਲੜਕੀਆਂ ਅਕਸਰ ਇਸ ਲਈ ਪੜ੍ਹਾਈ ਕਰਦੀਆਂ ਨੇ ਕਿ ਉਹਨਾਂ ਦਾ ਵਿਆਹ ਚੰਗੀ ਥਾਂ ਹੋ ਜਾਏ। ਹਾਂ। ਤੇ ਮੈਂ ਆਖਿਆ ਸੀ ਮੈਂ ਇਸ ਲਈ ਪੜ੍ਹਾਈ ਨਹੀਂ ਕਰ ਰਹੀ। ਹਾਂ ਕਮੀ। ਮੈਂ ਸਿਰਫ ਇਸ ਲਈ ਪੜ੍ਹਾਈ ਕਰ ਰਹੀ ਸਾਂ ਕਿ ਮੈਨੂੰ ਕਦੀ ਕਿਸੇ ਦੇ ਉਸ ਦਰਵਾਜ਼ੇ ਤੇ ਨਾ ਜਾਣਾ ਪਵੇ ਜਿਹੜਾ ਪਿੱਛੋਂ ਮੇਰੇ ਲਈ ਬੰਦ ਹੋ ਜਾਏ। ਪਰ ਕਮੀ ਕੀ ਆਖਣ ਲੱਗੇ ਸੋ ਕੋਈ ਸਮੁੰਦਰ ਵਿੱਚ ਇਸ ਲਈ ਬੇੜੀ ਨਾ ਪਾਵੇ ਕਿ ਉਹ ਡੁੱਬ ਜਾਏਗੀ ਤੇ ਸਾਰੀ ਉਮਰ ਕੰਡੇ ਤੇ ਖਲੋਤਾ ਰਹੇ। ਮੈਂ ਇੰਜ ਖਲੋ ਕੇ ਵੇਖ ਚੁੱਕੀ ਹਾਂ ਕਮੀ। ਸਮਾਂ ਹੌਲੀ-ਹੌਲੀ ਇਸ ਕਿਨਾਰੇ ਨੂੰ ਵੀ ਖੋਰ ਦਿੰਦਾ ਹੈ ਤੇ ਪਿੱਛੇ ਪਛਤਾਵੇ ਦੀਆਂ ਕੰਕਰਾਂ ਤੋਂ ਬਿਨਾ ਹੋਰ ਕੁਝ ਨਹੀਂ ਰਹਿ ਜਾਂਦਾ ਬੇੜੀਆਂ ਵੀ ਹੌਲੀ-ਹੌਲੀ ਸਮੁੰਦਰ ਦੀਆਂ ਛੱਲਾਂ ਨਾਲ ਘੁਲ ਕੇ ਥੱਕ ਜਾਂਦੀਆਂ ਨੇ ਚੱਪੂ ਟੁੱਟ ਜਾਂਦੇ ਨੇ ਬਾਦਾਂ ਛਿਜ ਜਾਂਦੇ ਨੇ ਉਹਨਾਂ ਦੀ ਗਲੀ ਹੋਈ ਲੱਕੜ ਵਿੱਚ ਤੇ ਛਿਜੇ ਹੋਏ ਕੱਪੜੇ 'ਚ ਇੱਕ غرੂਰ ਹੁੰਦਾ ਕਿੰਨੀਆਂ ਲਹਿਰਾਂ ਉਹਨਾਂ ਦੇ ਆਪਣੇ ਪਿੰਡੇ ਉੱਤੇ ਸਹਾਰੀਆਂ ਕਿੰਨੀਆਂ ਹਵਾਵਾਂ ਉਹਨਾਂ ਨੇ ਆਪਣੇ ਹੱਥਾਂ ਵਿੱਚ ਮੋੜੀਆਂ ਅੱਛਾ ਮੈਂ ਜ਼ਿੰਦਗੀ ਦੀਆਂ ਸਾਰੀਆਂ ਛੱਲਾਂ ਨੂੰ ਸਹਿ ਜਾਵਾਂਗੀ ਸਾਰੀਆਂ ਹਵਾਵਾਂ ਪਰ ਇਸ ਆਪਣੇ ਸਕੂਲ ਨੂੰ ਤੁਸੀਂ ਮੇਰੀ ਬੇੜੀ ਬਣੇ ਰਹਿਣ ਦੇਣਾ ਕੰਮੀ ਜਿਵੇਂ ਰੋਂਦੀ ਰੋਂਦੀ ਹੱਸ ਪਈ ਸਕੂਲ ਬੇੜੀ ਨਹੀਂ ਕੰਮੀ ਇਹ ਕਿਨਾਰਾ ਹੈ ਜਦੋਂ ਵੀ ਕਦੀ ਜ਼ਿੰਦਗੀ ਦੀਆਂ ਛੱਲਾਂ ਤੋਂ ਥੱਕ ਜਾਏ ਇਹਨੂੰ ਕਿਨਾਰਾ ਬਣਾ ਲਈ ਪਰ ਇਹਦਾ ਦਰਵਾਜ਼ਾ ਮੇਰੇ ਲਈ ਹਮੇਸ਼ਾ ਖੁੱਲਾ ਰਹੇਗਾ ਹਾਂ ਕੰਮੀ ਇਹ ਦਰਵਾਜ਼ਾ ਤੇਰੇ ਮਨ ਦਾ ਦਰਵਾਜ਼ਾ ਹੈ ਤੇਰੇ ਭਰੋਸੇ ਦਾ ਦਰਵਾਜ਼ਾ ਆਪਣੇ ਆਪ 'ਤੇ ਭਰੋਸਾ ਇਨਸਾਨ 'ਚ ਭਰੋਸਾ ਮੈਨੂੰ ਇੰਨਾ ਕੁਝ ਨਹੀਂ ਪਤਾ ਮੈਂ ਸਿਰਫ ਇਹੋ ਜਾਣਿਆ ਕਿ ਦਰਵਾਜ਼ਾ ਮੇਰਾ ਹੋ ਜਾਏ ਮੈਂ ਦੁਨੀਆ 'ਚ ਹਰ ਕਿਸੇ ਦੇ ਦਰਵਾਜ਼ੇ ਉੱਤੇ ਜਾ ਨਹੀਂ ਸਕਣਾ ਇਹ ਤੇਰਾ ਏ ਹਮੇਸ਼ਾ ਤੇਰਾ ਪਰ ਅਗਲੀ ਗੱਲ ਨਹੀਂ ਆਖਣੀ ਅਗਲੀ ਗੱਲ ਪਤਾ ਨਹੀਂ ਹੋਰ ਕਿੰਨੀ ਕੰਮਬੀ ਹੋ ਜਾਂਦੀ ਮਿਸਤਰੀ ਨੇ ਆ ਕੇ ਮਿਸ ਮੈਦਾਨ ਨੂੰ ਆਖਿਆ ਛੱਤਾਂ ਪਾਣ ਲੱਗੇ ਆ ਅਗਲੇ ਮਹੀਨੇ ਤੱਕ ਛੱਤਾਂ ਖੁੱਲ ਗਈਆਂ ਦਰਵਾਜ਼ੇ ਲੱਗ ਗਏ ਤੇ ਉਹ ਸਕੂਲ ਨੂੰ ਆਰੰਭਣ ਵਾਲੇ ਦਿਨ ਜਦੋਂ ਸਭ ਤੋਂ ਵੱਡੇ ਦਰਵਾਜ਼ੇ ਉੱਤੇ ਲਿਖੇ ਹੋਏ ਸਕੂਲ ਦੇ ਨਾਮ ਤੋਂ ਕੱਪੜਾ ਹਟਾਇਆ ਗਿਆ ਚਿੱਟੀ ਦੀਵਾਰ ਉਤੇ ਗੂੜੇ ਅੱਖਰਾਂ ਚ ਲਿਖਿਆ ਆਇਆ ਸੀ ਕਮਲ ਹਾਈ ਸਕੂਲ ਸੈਂਕੜੇ ਮੂੰਹਾਂ ਦੀ ਭੇੜ ਵਿੱਚ ਕੰਮੀ ਮਿਸ ਮੈਦਾਨ ਦੇ ਖੱਬੇ ਪਾਸੇ ਖਲੋਤੀ ਹੋਈ ਸੀ ਇੱਕ ਵੇਲ ਜਿਵੇਂ ਇੱਕ ਰੁੱਖ ਦੇ ਗੱਲ ਲੱਗ ਜਾਏ ਇੰਜ ਕੰਮੀ ਦਾ ਸਿਰ ਮਿਸ ਮੈਦਾਨ ਦੇ ਮੋਢੇ ਨਾਲ ਲੱਗ ਗਿਆ ਤੇ ਕੰਮੀ ਦੇ ਮੂੰਹੋਂ ਸਿਰਫ ਇਹ ਨਾ ਨਿਕਲਿਆ ਮਾਂ ਧੰਨਵਾਦ